ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਵਿਚਾਰ ਵਟਾਂਦਰਾ ਅਸੀਂ ਬਦਸਤੂਰ ਜਾਰੀ ਰੱਖਿਆ ਹੋਇਆ ਕਿ ਕਿਸ ਤਰੀਕੇ ਦੇ ਹੋਣੇ ਚਾਹੀਦੇ ਹਨ ਸਾਡੇ ਸਰਪੰਚ ਤੇ ਕਾਲਰ ਸਾਡੇ ਨਾਲ ਲਗਾਤਾਰ ਜੁੜੇ ਹੋਏ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਹੈਲੋ, ਕੀ ਤੁਸੀਂ ਸੁਣ ਪਾ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਦੇ ਸਾਰੇ ਸਿੰਧੂ ਸਾਧੂ ਮੇਰੇ ਤੋਂ ਵਾਹਿਗੁਰੂ ਜੀ ਕਾ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਔਰ ਇਹ ਜਨਾਬ ਜਿਹੜਾ ਤੁਸੀਂ ਇਹ ਮਸੂਦਾ ਮੁੱਦਾ ਲਿਆਂਦਾ ਜੀ, ਮੈਂ 12 ਸਾਲ ਤੋਂ ਇਹ ਲਗਾਤਾਰ ਇਹ ਮੁੱਦਾ ਸੁਣ ਰਿਹਾ। ਆਈ ਐਮ ਏ ਵੈਰੀ ਗੁੱਡ ਫੈਨ ਆਫ ਦਿਸ ਚੈਨਲ ਜੀ। ਔਰ ਮੇਰੇ ਨਾਲ ਹੋਰ ਵੀ ਕਾਫੀ ਸਾਰੇ ਕਾਲਰਸ ਨੇ, ਉਹਨਾਂ ਦੀ ਵੀ ਅਸੀਂ ਗੱਲ ਸਮਝ ਲੈਂਦੇ ਹਾਂ ਕਿ ਉਹ ਕੀ ਸਾਡੇ ਨਾਲ ਵਿਚਾਰ ਕਰਨਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਸੰਧੂ ਬੋਲਦਾ ਕੈਲੀਫੋਰਨੀਆ ਤੋਂ। ਜੀ ਸੰਧੂ ਜੀ, ਕੀ ਕਹਿਣਾ ਚਾਹੋਗੇ? ਬਸ ਮੈਂ ਤੁਹਾਡਾ ਪ੍ਰੋਗਰਾਮ ਦੇਖਦਾ, ਬਹੁਤ ਵਧੀਆ ਲੱਗਦਾ ਜੀ ਜੀ ਤੇ ਬਾਕੀ ਪੋਲੀਟਿਸ਼ੀਅਨ ਦਾ ਮੈਨੂੰ ਇੰਨਾ ਪਤਾ ਨਹੀਂ ਆ ਜੀ, ਤੁਸੀਂ ਟੈਨਸ਼ਨ ਨਾ ਲਿਆ ਕਰੋ ਇੰਨੀ। ਅੱਛਾ, ਸਾਨੂੰ ਟੈਨਸ਼ਨ ਨਹੀਂ ਹੈਗੀ, ਲੇਕਿਨ ਪੰਜਾਬ ਮਾਈਂਡ ਤਾਂ ਨਹੀਂ ਕਰੋਗੇ? ਨਹੀਂ 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 ਜੀ, ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਹੋ? ਠੀਕ। ਅੱਛਾ ਦੇਖੋ ਬੇਟੇ, ਸਾਡੀ ਜਿਹੜੀ ਆਬਾਦੀ 80% ਪਿੰਡਾਂ 'ਚ ਰਹਿੰਦੀ ਆ ਜੀ 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 ਜੀ, ਸਾਨੂੰ ਇਸ ਵੇਲੇ ਕਾਂਗਰਸ ਔਰ ਅਕਾਲੀਆਂ ਦੇ ਮੁੱਦੇ ਤੋਂ ਉੱਠ ਕੇ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ, ਬਹੁਤ ਬੁਰੀ ਹਾਲਤ ਆ ਜੀ 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 ਜੀ, ਕਰੈਕਟ। ਕੋਈ ਸਹੂਲਤ ਨਹੀਂ ਹੈ, ਨਦੀਓਂ ਪਾਰ ਜਾ ਕੇ ਦੇਖੋ ਰਾਵੀ ਤੋਂ ਲੋਕਾਂ ਦਾ ਕਿੰਨਾ ਬੁਰਾ ਹਾਲ ਆ ਜੀ ਜੀ ਜੀ। ਸਾਨੂੰ ਆਜ਼ਾਦ ਹੋਇਆਂ ਨੂੰ ਕਿੰਨੇ ਸਾਲ ਹੋ ਚੁੱਕੇ ਆ, ਕੋਈ ਮੈਡੀਕਲ ਸਹੂਲਤ ਨਹੀਂ ਹੈ, ਕੋਈ ਬੱਚਿਆਂ ਦੇ ਸਕੂਲਾਂ ਦਾ ਬੰਦੋਬਸਤ ਨਹੀਂ ਹੈ ਜੀ, ਕਰੈਕਟ। ਸਾਨੂੰ ਇਹ ਕਾਂਗਰਸ ਔਰ ਅਕਾਲੀਆਂ ਦੇ ਵਿੱਚੋਂ ਜਿੰਨਾ ਚਿਰ ਅਸੀਂ ਉੱਠ ਕੇ ਲੋਕਾਂ ਦਾ ਸੁਧਾਰ ਨਹੀਂ ਕਰਦੇ ਨਾ ਜੀ, ਬੜੇ ਦੁੱਖ ਦੀ ਗੱਲ। ਜਾ ਕੇ ਇੱਥੋਂ ਜਾਈਦਾ, ਜਾ ਕੇ ਦੇਖਦੇ ਹਾਂ ਤੇ ਬੱਚਿਆਂ ਦੇ ਬੈਠਣ ਤੱਕ ਵੀ ਜਗ੍ਹਾ ਹੈ ਨਹੀਂ ਸਕੂਲਾਂ ਦੇ ਵਿੱਚ, ਤਾਂ ਦੱਸੋ ਕਰਨਾ ਫਿਰ ਕੀ ਆ ਸਰਕਾਰਾਂ। ਬਿਲਕੁਲ 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 ਬਿਲਕੁਲ। ਔਰ ਜਿੱਥੇ ਸਾਡੇ ਪਾਰਟੀ ਦੇ ਵੱਖ ਵੱਖ ਪਾਰਟੀ ਦੇ ਜਿਹੜੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਵੀ ਹਨ, ਉਹ ਵੀ ਜਾ ਕੇ ਕੁਛ ਹੋਰ ਨਾ ਦੱਸ ਕੇ ਬੱਚਿਆਂ ਨੂੰ ਚੁਟਕਲੇ ਸੁਣਾਉਂਦੇ ਹਨ, ਉਹ ਵੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਜਾ ਕੇ ਤਰਸ ਆਉਂਦਾ ਨਾ ਬੱਚਿਆਂ ਨੂੰ ਦੇਖ ਕੇ ਜੀ ਜੀ ਜੀ, ਕੀ ਕਰਨਾ ਹੈ ਸਰਕਾਰ, ਸਰਪੰਚ ਕੋਈ ਵੀ ਬਣ ਜੇ, ਜੇ ਅਸੀਂ ਹਲੇ ਇਹਨਾਂ ਚੀਜ਼ਾਂ 'ਚ ਰੁੱਝੇ ਰਹੇ ਅਕਾਲੀ ਕਾਂਗਰਸ ਦੇ ਵਿੱਚ, ਤਾਂ ਉਹ ਬੱਚਿਆਂ ਦਾ ਕੋਈ ਸੁਧਾਰ ਨਹੀਂ ਹੋ ਸਕਦਾ ਜੀ। ਕਰੈਕਟ 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 ਇੰਡੀਡ ਜੀ। ਓਕੇ, ਸਤਿ ਸ਼੍ਰੀ ਅਕਾਲ ਬੇਟੇ, ਇੰਨਾ ਹੀ ਕਹਿਣਾ ਸੀ। ਥੈਂਕ ਯੂ ਵੈਰੀ ਮੱਚ ਗਰੇਵਾਲ ਸਾਹਿਬ, ਥੈਂਕ ਯੂ ਵੈਰੀ ਮੱਚ। ਅਤੇ ਜਿਵੇਂ ਸਾਡੇ ਦਰਸ਼ਕ ਦੱਸ ਰਹੇ ਨੇ ਕਿ ਲੋੜ ਉਹਨਾਂ ਗੱਲਾਂ ਤੋਂ ਉੱਠਣ ਦੀ ਆ ਹੁਣ, ਜੋ ਕਿ ਵਾਕਈ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਵੇਖਿਆ। ਔਰ ਕੀ ਸਿਆਸਤਦਾਨਾਂ ਨੂੰ ਨਫਸ ਪਤਾ ਸਾਡੇ ਲੋਕਾਂ ਦੀ, ਕਿ ਇਹਨਾਂ ਨੂੰ ਕਿਸ ਪਾਸੇ ਮੋੜਨਾ, ਕਿ ਲੋੜ ਹੈਗੀ ਕਿ ਸਾਡੇ ਪਿੰਡਾਂ ਦੇ ਵਿੱਚ ਵਸਨੀਕਾਂ ਨੂੰ ਜਾਗਰੂਕ ਕਰਨ ਦੀ, ਐਜੂਕੇਟ ਕਰਨ ਦੀ, ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਤੁਹਾਡੇ ਅਸਲੀ ਮੁੱਦੇ ਕੀ ਹੈਗੇ ਨੇ ਜਿਹੜੇ ਉਹ ਭਟਕ ਗਏ ਨੇ? ਦੇਖੋ, ਇਸ ਤਰ੍ਹਾਂ ਕਿ ਪੰਚਾਇਤਾਂ ਦਾ ਜਿਹੜੇ ਸਰਪੰਚ ਨੇ, ਹੁਣ ਇੱਕ ਇਹ ਵੀ ਸ਼ਿਕਾਇਤਾਂ ਆਉਂਦੀਆਂ ਸੀ ਕਿ ਜਿਹੜੇ ਸਰਪੰਚ ਨੇ ਉਹ ਸਰਕਾਰ ਦੇ ਪਿੱਠੂ ਬਣ ਜਾਂਦੇ ਆ, ਕਈ ਸਰਪੰਚ ਨੇ ਜਿਹੜੇ ਪੁਲਿਸ ਦੇ ਦਲਾਲ ਬਣ ਜਾਂਦੇ ਆ, ਕਈ ਸਰਪੰਚ ਐਸੇ ਸ਼ਿਕਾਇਤਾਂ ਆਈਆਂ ਕਿ ਜਿਹੜੇ ਡੰਡਾ ਅਜਮਾਇਸ਼ ਕਰਦੇ ਨੇ, ਜ਼ੋਰ ਅਜਮਾਇਸ਼ ਕਰਦੇ ਨੇ, ਕਿਸੇ ਦੇ ਜ਼ਮੀਨ ਦਾ ਕਬਜ਼ਾ ਕਰਾ ਲਿਆ, ਕਿਸੇ ਦੇ ਪਟਵਾਰੀ ਦੇ ਨਾਲ ਰਲ ਕੇ ਕੁਛ ਕਰ ਲਿਆ, ਅਤੇ ਉਹ ਜਿਹੜੇ ਮਿਸਯੂਜ਼ ਆਫ ਪਾਵਰ ਕਰਦੇ ਨੇ, ਦੈਟ ਇਜ਼ ਵੈਰੀ ਅਨਫੋਰਚੁਨੇਟ। ਪਰ ਸਰਪੰਚ ਦਾ ਸਭ ਤੋਂ ਵੱਡਾ ਧਰਮ ਹੈ, ਸਭ ਤੋਂ ਵੱਡਾ ਉਹਦੀ ਡਿਊਟੀ ਹੈ ਵੈ ਕਿ ਆਪਣੇ ਪਿੰਡ ਦਾ ਵਿਕਾਸ ਕਰਾਏ, ਜੋ ਜੋ ਉਹਨੂੰ ਪਿੰਡ ਦੇ ਵਿੱਚ ਉਹਨੂੰ ਚਾਹੀਦਾ, ਸਕੂਲ ਚਾਹੀਦਾ, ਸੜਕ ਚਾਹੀਦੀ ਹੈ, ਕੁਛ ਵੀ ਚਾਹੀਦਾ,
ਜਿਹੜਾ ਇਰੀਗੇਸ਼ਨ ਦਾ ਹੈਗਾ ਕਿਸਾਨ ਕਰਜ਼ੇ ਦੇ ਵਿੱਚ ਹੋ ਰਹੇ ਨੇ ਅਤੇ ਉਹਨਾਂ ਦੀ ਇੱਕ ਇਮਾਨਦਾਰੀ ਨਾਲ ਕਰੇ ਕਿਉਂਕਿ ਇਹ ਮੰਨ ਕੇ ਚੱਲੋ ਕਿ ਪਾਵਰ ਸੈਂਟਰ ਦਾ ਪਹਿਲਾ ਸਟੈਪ ਹੈ। ਅਗਰ ਸਰਪੰਚ ਹੀ ਇਮਾਨਦਾਰ ਹੋ ਜਾਣਗੇ ਜੇ ਸਾਡੀਆਂ ਗ੍ਰਾਮ ਜਿਹੜੀ ਪੰਚਾਇਤਾਂ ਨੇ ਉਹ ਇਮਾਨਦਾਰ ਹੋ ਜਾਣਗੀਆਂ ਅਤੇ ਪਿੰਡਾਂ ਦਾ ਵਿਕਾਸ ਹੋਰ ਤੇਜ਼ ਹੋ ਸਕਦਾ ਅਤੇ ਅਗਰ ਉਹ ਇਸ ਤਰ੍ਹਾਂ ਕਰ ਰਹੇ ਕਿ ਪੋਲੀਟੀਕਲ ਐਫੀਲੀਏਸ਼ਨ ਦੇ ਵਿੱਚ ਪੈ ਜਾਂਦੇ ਨੇ ਉਹ, ਲੇਕਿਨ ਉਹ ਪੋਲੀਟੀਕਲ ਐਫੀਲੀਏਸ਼ਨ ਇਸ ਵਾਸਤੇ ਵੀ ਜ਼ਰੂਰੀ ਹੈ ਕਿ ਐਟਲੀਸਟ ਦੇ ਨੀਡ ਸਪੋਰਟ ਫਰੋਮ ਚੰਡੀਗੜ੍ਹ। ਉਹ ਚਲੋ ਉਹ ਆਉਂਦੇ ਆ ਤਾਂ ਘੱਟੋ ਘੱਟ ਸਰਪੰਚਾਂ ਨੂੰ ਇਮਾਨਦਾਰੀ ਦੇ ਨਾਲ ਰਹਿਣਾ ਚਾਹੀਦਾ ਕਿਉਂਕਿ ਦੇ ਆਰ ਦਾ ਮੋਸਟ ਮੇਅਰ ਪਾਵਰ ਸੈਂਟਰ ਫਰੋਮ ਫੋਰ ਵਿਲੇਜ। ਅੱਛਾ, ਮੈਂ ਆਪਣੇ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ ਕਿ ਜਿਹੜੇ ਪਿੰਡਾਂ ਦੇ ਸਰਪੰਚ ਰਹਿ ਚੁੱਕੇ ਹਨ, ਅੱਜ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰਹਿ ਰਹੇ ਹੋ, ਤੁਸੀਂ ਆਪਣੇ ਪਿੰਡ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕੀਤਾ, ਵਿਕਾਸ ਕੀਤਾ, ਔਰ ਕੀ ਕੁਝ ਤੁਸੀਂ ਦਿਸ਼ਾ ਨਿਰਦੇਸ਼ ਉਹਨਾਂ ਸਰਪੰਚਾਂ ਨੂੰ ਦੇਣਾ ਚਾਹੋਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਸਰਪੰਚੀ ਕਰਨਗੇ? ਮੇਰੇ ਨਾਲ ਹੋਰ ਵੀ ਕਾਲਰ ਸਿਸਟਮ ਫੋਨ ਲਾਈਨ ਦੇ ਵਿੱਚ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਮੈਂ ਨੀਜਤ ਤੋਂ ਬੋਲਦਾ ਜੀ, ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਜੀ, ਕੀ ਵਿਚਾਰ ਸਾਂਝੇ ਕਰਨਾ ਚਾਹੋਗੇ? ਸਰ ਜੀ, ਪਤਾ ਹੈ ਕਿ ਜੰਗ ਬੱਚਿਆਂ ਨੂੰ ਸਰਪੰਚ ਬਣਾਉਣਾ ਚਾਹੀਦਾ, ਕਈ ਕਈ ਪਿੰਡਾਂ ਦੇ ਵਿੱਚ ਬਹੁਤ ਸੁਧਾਰ ਹੋਏ ਆ ਜੀ। ਅਸੀਂ ਚਾਹੁੰਦੇ ਹਾਂ ਕਿ ਅੱਜ ਪਾਰਟੀਆਂ ਬਾਜਤ ਤੋਂ ਦੋਵਾਂ, ਕਾਂਗਰਸ ਅਕਾਲੀਆਂ ਦੀ ਗੱਲ ਕਰਦੇ, ਉਹਨਾਂ ਤੋਂ ਬਾਹਰ ਆਣ ਕੇ ਕੋਈ ਵਧੀਆ ਜਿਹੜਾ ਪਿੰਡ ਦੀ ਗੱਲ ਕਰੇ। ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਬਹੁਤ ਕੁਝ ਮਿਲਦਾ, ਸਿਰਫ ਅਕਾਲੀ ਉਹਨਾਂ ਨੂੰ ਚਿੱਠੀ ਲਿਖ ਕੇ ਦੇ ਜਾਂਦੇ, ਸਰਪੰਚ ਕਹਿ ਜਾਂਦੇ ਨੇ। ਕੋਈ ਪਿੰਡ ਦਾ ਸੁਧਾਰ ਹੋਇਆ ਜੀ, ਨਾ ਅਕਾਲੀਆਂ ਨੇ 10 ਸਾਲ ਕੀਤਾ, ਸ਼ਰਮਾ ਜੀ ਕਹਿ ਰਹੇ ਨੇ ਇੰਨਾ ਹੋਇਆ, ਸ਼ਰਮਾ ਜੀ ਸਾਰੇ ਅਕਾਲੀਆਂ ਨੂੰ ਕਾਂਗਰਸ ਨੂੰ ਕਹੀ ਜਾਂਦੇ ਹੋ, ਕਿਸੇ ਨੇ ਨੀ ਕਰਨਾ। ਸਾਨੂੰ ਕੁਝ ਸਾਡੇ ਪਿੰਡ ਬਾਰੇ, ਕੋਈ ਜੰਗ ਬੱਚਿਆਂ ਨੂੰ, ਕਈ ਕਈ ਪਿੰਡਾਂ ਦਾ ਸੁਧਾਰ ਹੋਇਆ, ਜਿਹੜੇ ਜੰਗ ਮੁੰਡੇ ਪੜ੍ਹੇ ਲਿਖੇ ਨੇ ਉਹਨਾਂ ਨੇ ਕਿੰਨਾ ਸੁਧਾਰ ਕੀਤਾ ਜੀ। ਜੀ ਜੀ, ਸਾਨੂੰ ਕੋਈ ਜੰਗ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਉਹਨਾਂ ਨੂੰ ਸਾਰਿਆਂ ਗੁੱਡੇ ਪਾਟੇ ਭਾਣ ਗੋਲੀ ਮਾਰ ਦੋ, ਇਹਨਾਂ ਮਾਰ ਦੋ ਸਾਰਿਆਂ ਨੂੰ। ਆਪਾਂ ਕਿਸੇ ਦੇ ਉੱਤੇ ਐਵੇਂ ਨਹੀਂ ਜੀ ਅਟੈਕ ਨਾ ਕਰੀਏ, ਔਰ ਮੈਂ ਚਾਹਾਂਗਾ ਕਿ ਆਪਾਂ ਇਹਨਾਂ ਗੱਲਾਂ ਤੋਂ ਬਚੀਏ। ਤੁਹਾਡੇ ਵਿਚਾਰ ਹੋ ਸਕਦੇ ਹਨ ਕਿ ਜਿਹੜੀ ਯੂਥ ਆ ਉਹ ਸਾਹਮਣੇ ਆਏ, ਲੇਕਿਨ ਅਸੀਂ ਉਹਨਾਂ ਬਜ਼ੁਰਗਾਂ ਦਾ ਵੀ ਸਤਿਕਾਰ ਕਰਦੇ ਹਾਂ। ਇੱਕ ਕਿੱਸਾ ਮੈਂ ਤੁਹਾਨੂੰ ਸੁਣਾਵਾਂਗਾ ਇਸ ਬ੍ਰੇਕ ਤੋਂ ਉਸ ਪਾਰ, ਔਰ ਤੁਸੀਂ ਸਮਝ ਕੇ ਸਮਝੋਗੇ ਕਿ ਆਖਿਰਕਾਰ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਵੀ ਜਿਹੜੀ ਭੂਮਿਕਾ ਹੈ ਪਿੰਡ ਦੇ ਵਿੱਚ ਉਹ ਕਿੰਨੀ ਕੁ ਇੰਪੋਰਟੈਂਟ ਹੈ। ਇਸ ਬ੍ਰੇਕ ਤੋਂ ਉਸ ਪਾਰ